हां जी पटवारी सरजीत सिंह बोलदे हो भाई जी। लखा सिंह सधाणा बोलदा जी। वधिया वधिया भाई, मैं ना सकूर पिंड खड़ा, सकूर पिंड मला सोडे अधीन पैंदा। गुरदौरी करन आए होंगे, मैं थोड़ी वीडियो बना रहा, गल कर दी, मैं चाहना भी ए मीडिया राही मुख्यमंत्री तक जाऊगी। इथे भाई तुसी लिखदे हो 15% नुकसान है, मेरे हाथ च बल्लियां ने, इना लोकां दी कणक विचो छिट्टे उगरे आए दाने दाने। ਤੁਸੀਂ ਆ ਮੇਰੇ ਕੋਲ ਸਾਰਾ ਪਿੰਡ ਬਾਈ ਇਕੱਠਾ ਹੋਇਆ ਖੜਾ ਆ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਨਾਲ ਲਿਆ? ਨੁਕਸਾਨ ਜੋ ਦੇਖਣਾ ਸੀ ਭਾਈ, ਕਿੰਨਾ ਨੁਕਸਾਨ ਦਿਖਾਓ ਚੱਲ ਕੇ ਖੇਤਾਂ ਚ। ਦੱਸੋ ਬਾਈ ਆ ਪਟਵਾਰੀ ਬਾਈ ਜੀ, ਅਸੀਂ ਗੁਰਦੁਆਰਾ ਸਾਹਿਬ ਖੜੇ ਆ, ਅਸੀਂ ਸਾਰੇ ਬੰਦੇ ਗੁਰੂ ਦੀ ਹਜ਼ੂਰੀ ਚ ਖੜੇ ਆ, ਕੋਈ ਬੰਦਾ ਝੂਠ ਨੀ ਬੋਲਦਾ। ਇਹਦਾ ਮਤਲਬ ਇੱਥੇ ਮੇਰੇ ਕੋਲ 200 ਬੰਦਾ ਖੜਾ ਝੂਠਾ ਹੋ ਗਿਆ, ਤੁਸੀਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਇਕੱਲੇ। ਕੋਈ ਤਾਂ ਦੱਸ ਦਿਓ, ਕੋਈ ਮੈਨੂੰ 1, 2, 5 ਬੰਦਿਆਂ ਦੇ ਨਾਂ ਦੱਸੋ ਜਿਹੜੇ ਨਾਲ ਗਏ ਆ ਤੁਹਾਡੇ। ਹਿੰਮਤ ਸਿੰਘ ਕੌਣ ਸੀ? ਉਹਦਾ ਖੇਤੀ ਨੀ ਕਰਦਾ। ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਫਰਜ਼ ਆ, ਮੁੱਖ ਮੰਤਰੀ ਕਹਿ ਰਿਹਾ ਵੀ ਸਾਡੇ ਪਟਵਾਰੀ ਤਹਿਸੀਲਦਾਰ ਆ ਕੇ ਗੁਰਦੌਰੀਆਂ ਕਰਨਗੇ। ਤੁਸੀਂ ਪਿੰਡ ਚ ਹੋਕਾ ਦਿੱਤਾ ਵੀ ਭਾਈ ਪਿੰਡ ਚ ਬੈਠਾ ਪਟਵਾਰੀ ਆਇਆ, ਦੱਸੋ ਗੁਰਦੌਰੀਆਂ ਕਰਾਓ। ਤੁਸੀਂ ਬਾਈ ਮੈਨੂੰ ਇੱਕ ਗੱਲ ਦਾ ਆਪਣਾ ਸਰਜੀਤ ਸਿੰਘ ਜਵਾਬ ਦਿਓ ਵੀ ਤੁਸੀਂ ਪਿੰਡ ਚ ਹੋਕਾ ਦਿੱਤਾ ਵੀ ਅਸੀਂ ਭਾਈ ਆ ਜਾਓ ਪਿੰਡ ਵਾਲੇ, ਮੈਂ ਗੁਰਦੌਰੀ ਕਰਨਾ ਆ। ਸੋ ਅਸੀਂ ਤੁਹਾਡੀ ਰਿਕਾਰਡਿੰਗ ਚੱਲ ਰਹੀ ਆ, ਮੈਂ ਵੀਡੀਓ ਬਣਾ ਰਿਹਾ ਤੇ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਵੱਡੇ ਵੱਡੇ ਭਾਈ ਦਮਗਜੇ ਦਾ ਮਾਰਦੇ ਆ ਕਿ ਗੁਰਦੌਰੀਆਂ ਬਾਅਦ ਚ ਹੋ ਜਾਣਗੀਆਂ ਤੇ ਪਹਿਲਾਂ 20,000 15,000 ਪਾਵਾਂਗੇ। ਲੋਕਾਂ ਦਾ ਏਡਾ ਮਾੜਾ ਹਾਲ ਹੈ, ਕੋਈ ਠੇਕੇ ਦੇ ਲਈ ਬੈਠਾ 80,000 ਨੂੰ ਕਿ 75 ਨੂੰ, ਕਿਸੇ ਨੇ ਕਰਜ਼ੇ ਦੇਣੇ ਆ। ਲੋਕਾਂ ਨੂੰ ਮਸਾਂ ਉਮੀਦ ਸੀਗੀ ਕਿ ਇੱਕ ਮਿੰਟ ਮੈਨੂੰ ਬੋਲ ਲੈਣ ਦੋ, ਤੁਹਾਡੀ ਸੁਣਦਾ ਇੱਕ ਮਿੰਟ। ਲੋਕਾਂ ਨੂੰ ਉਮੀਦ ਸੀ ਮਾੜੀ ਮੋਟੀ ਵੀ ਕਣਕਾਂ ਆਉਣਗੀਆਂ, ਮਾੜਾ ਮੋਟਾ ਠੇਕਾ ਵੱਜੂ, ਕਿਸੇ ਨੇ ਬੈਂਕ ਦੀ ਕਿਰਾਇਆ ਦੇਣੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਕੇ ਹਟਿਆ ਆੜਤੀਆਂ ਦੇ ਪੈਸੇ ਦੇਣੇ ਆ, ਕਿਸੇ ਨੇ ਕੋਈ ਟਰੈਕਟਰ ਦੀ ਕਿਸ਼ਤ ਭਰਨੀ ਆ, ਤੇ ਉਹਨਾਂ ਲੋਕਾਂ ਦਾ ਹਾਲ ਦੇਖ ਲਓ। ਇੱਕ ਪਾਸੇ ਮੁੱਖ ਮੰਤਰੀ ਬਣਾ ਕੇ ਵੀਡੀਓ ਸੂਏ ਤੇ ਖੜ ਕੇ ਕਹਿ ਜਾਂਦਾ ਕਿ ਸਾਡੇ ਹੁਣ ਲੋਕਾਂ ਨੂੰ ਲੱਗਦਾ ਵੀ ਆਹ ਦੇਖੋ ਜੀ ਮੁੱਖ ਮੰਤਰੀ ਦਾ ਆਹ ਸੂਏ ਤੇ ਖੜਾ, ਤੇ ਇਹਨਾਂ ਦੇ ਪਟਵਾਰੀ ਆਉਂਦੇ ਆ ਲੈ ਕੇ 2-4 ਬੰਦਿਆਂ ਨੂੰ ਜਿਨ੍ਹਾਂ ਦੇ ਕੋਲੇ ਜ਼ਮੀਨ ਵੀ ਗਾਹਾਂ ਜਿਹਨਾਂ ਦੀ ਠੇਕੇ ਤੇ ਹੁੰਦੀ ਹੈ, ਉਹਨਾਂ ਨੂੰ ਲੈ ਗੁਰਦੌਰੀ ਕਰ ਜਾਂਦੇ ਆ। ਬਾਈ ਜੀ 4,000 ਕਿੱਲੇ ਦੀ 2 ਘੰਟਿਆਂ ਦੀ ਗੁਰਦੌਰੀ ਹੋਜੂ, 4,000 ਏਕੜ ਹੈ ਪਿੰਡ ਦੀ। ਸੋ ਅਪੀਲ ਕਰਦੇ ਆ ਅਪੀਲ ਕਰਦੇ ਆ ਬਾਈ ਪੰਜਾਬ ਦੇ ਮੁੱਖ ਮੰਤਰੀ ਨੂੰ। ਸਰਜੀਤ ਸਿੰਘ ਪਟਵਾਰੀ ਇਕੱਲਾ ਨੀ, ਪਤਾ ਨੀ ਕਿੰਨੇ ਕੁ ਪਟਵਾਰੀ ਤੇ ਅਜੇ ਤਹਿਸੀਲਦਾਰ ਆਹੀ ਲੋਕਾਂ ਦੇ ਘਰੋਂ ਚਾਹ ਪੀ ਕੇ ਮੁੜ ਗਏ, ਜਾਂ ਜਿਹੜੇ ਮੋਹਤਬਰ ਜੇ ਹੁੰਦੇ ਆ ਪਿੰਡ ਚ ਉਹਨਾਂ ਦੇ ਕੋਲੋਂ ਜਾ ਕੇ ਪੁੱਛ ਕੇ ਮਾੜਾ ਮੋਟਾ ਤੂੰ ਸੱਪ ਜੀ ਕਰਕੇ ਮੁੜ ਗਏ। ਨੁਕਸਾਨ ਬਹੁਤ ਵੱਡਾ, ਲੋਕ ਭੁੱਬੀ ਰੋਂਦੇ ਆ। ਆਹ ਦੇਖ ਲੋ ਆਹ ਹਾਲਾਤ ਆ, ਸਾਰੀਆਂ ਕਣਕਾਂ ਦੀ ਇਹ ਹਾਲਾਤ ਨੇ, ਉੱਤੇ ਫੁੱਟੇ ਹੀ ਖੜੀ ਫੁੱਟੀਆਂ। ਅਪੀਲ ਆ ਮਾੜਾ ਮੋਟਾ ਗੌਰ ਕਰੋ, ਕੱਲੇ ਬਿਆਨਾਂ ਤੱਕ ਸੀਮਤ ਨਾ ਹੋਵੋ, ਲੋਕਾਂ ਦੀ ਬਾਂਹ ਫੜੋ, ਲੋਕ ਬਹੁਤ ਪਹਿਲਾਂ ਹੀ ਬੁਰੀ ਹਾਲਤ ਚ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ।